ਸਤਿ ਸ਼੍ਰੀ ਅਕਾਲ ਦਰਸ਼ਕੋ। ਸਾਡੇ ਸਮਾਜ ਦੇ ਵਿੱਚ ਜਿਹੜੀ ਨਸ਼ਿਆਂ ਦੀ ਸਮੱਸਿਆ ਵਾ ਕਿਸੇ ਤੋਂ ਲੁਕੀ ਨਹੀਂ ਹੈਗੀ। ਇਹ ਸਮੱਸਿਆ ਸਿਰਫ ਪੰਜਾਬ ਦੀ ਨਹੀਂ ਹੈਗੀ, ਸਮੱਸਿਆ ਸਾਰੀ ਦੁਨੀਆ 'ਚ ਆ। ਅਮੈਰੀਕਾ ਨੇ ਤਾਂ ਇੱਕ ਅਲੈਦਾ ਵਾਰ ਔਨ ਡਰੱਗਸ ਡਿਕਲੇਅਰ ਕੀਤਾ ਵਾ। 50 ਸਾਲ ਹੋ ਗਏ ਅਮੈਰੀਕਾ ਵਾਰ ਔਨ ਡਰੱਗਸ ਲੜਨ ਦੇ ਆ। ਪੋਰਚੁਗਲ ਦੇ ਵਿੱਚ ਇਹ ਸਮੱਸਿਆ ਬੜੀ ਵੱਡੀ ਰਹੀ ਹੈ, ਸਵਿਜ਼ਰਲੈਂਡ ਦੇ ਵਿੱਚ ਇਹ ਸਮੱਸਿਆ ਬੜੀ ਵੱਡੀ ਰਹੀ ਆ। ਅਤੇ ਅੱਜ ਵੀ ਜਿਹੜੇ ਮੈਕਸੀਕਨ ਕਾਰਟੇਲਸ ਆਪਾਂ ਸੁਣਦੇ ਹਾਂ, ਐਲ ਚੈਪੋ ਅਤੇ ਪਾਬਲੋ ਐਸਕੋਬਾਰ ਵਰਗੇ ਨਾਂ ਜਿਹੜੇ ਉੱਭਰ ਕੇ ਆਏ ਸਾਰੀ ਦੁਨੀਆ ਦੇ ਵਿੱਚ, ਇਹ ਸਾਰੀ ਸਮੱਸਿਆ ਸਾਰੀ ਦੁਨੀਆ 'ਚ ਆ। ਅਤੇ ਇਹਨੂੰ ਸਿਰਫ ਅਤੇ ਸਿਰਫ ਪੰਜਾਬ 'ਚ ਸੀਮਿਤ ਨਹੀਂ ਰੱਖਣਾ ਚਾਹੀਦਾ, ਆਪਣੀ ਸੋਚ ਨੂੰ ਥੋੜ੍ਹਾ ਬਰੋਡਰ ਵਿਊ ਥੋੜ੍ਹਾ ਹੋਣਾ ਚਾਹੀਦਾ ਸਾਡਾ, ਅਤੇ ਤਾਂ ਇਸ ਸਮੱਸਿਆ ਦਾ ਆਪਾਂ ਕੋਈ ਪੱਕਾ ਹੱਲ ਕੱਢ ਸਕਦੇ ਹਾਂ। ਕਿਉਂਕਿ ਨਸ਼ਿਆਂ ਨੂੰ ਬੈਨ ਕਰਕੇ, ਸਖ਼ਤ ਸਜ਼ਾਵਾਂ ਲਾ ਕੇ, ਜਾਂ ਕਿਸੇ ਐਂਟੀ ਸਿੱਖ ਐਲੀਮੈਂਟਸ ਨੂੰ ਬਲੇਮ ਕਰਕੇ, ਐਂਟੀ ਪੰਜਾਬ ਐਲੀਮੈਂਟਸ ਉੱਤੇ ਬਲੇਮ ਲਾ ਕੇ ਇਸ ਚੀਜ਼ ਦਾ ਹੱਲ ਨਹੀਂ ਹੋ ਸਕਦਾ। ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਿ ਨਸ਼ਿਆਂ ਦੇ ਕਾਰਨ ਆ ਅਤੇ ਇਹਦਾ ਪੱਕਾ ਹੱਲ ਕਿਸ ਤਰ੍ਹਾਂ ਹੋ ਸਕਦਾ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਵੇਖ ਲਈਏ ਵੀ ਜਿਹੜੇ ਡਰੱਗਸ ਆ ਕੀ ਆ, ਉਹ ਜਿਹੜੇ ਨਸ਼ਾ ਵਾ ਕਿਸੇ ਵੀ ਤਰ੍ਹਾਂ ਦਾ, ਉਹ ਸਾਡੇ ਦਿਮਾਗ 'ਤੇ ਇਫੈਕਟ ਕਰਦਾ ਵਾ, ਸਾਡੇ ਸੈਂਟਰਲ ਨਰਵਸ ਸਿਸਟਮ 'ਤੇ ਇਫੈਕਟ ਕਰਦਾ। ਅਤੇ ਇਸ ਦੇ ਵਿੱਚ ਹੀ ਚਾਹ ਵੀ ਇੱਕ ਨਸ਼ਾ ਹੁੰਦਾ ਵਾ, ਜਿਹੜੀ ਕੈਫੀਨ ਆ ਉਹਦੇ ਵਿੱਚ। ਕਿਉਂਕਿ ਅਮੈਰੀਕਾ ਨੇ ਤਾਂ ਇੱਕ ਸਮੇਂ ਦੇ ਵਿੱਚ ਕੋਕੋ ਕੋਲਾ ਨੂੰ, ਕੋਕੋ ਕੋਲਾ ਕੰਪਨੀ ਜਿਹੜੀ ਆਪਾਂ ਠੰਡਾ ਪੀਂਦੇ ਹਾਂ, ਉਹਨੂੰ ਸਿਊ ਵੀ ਕੀਤਾ ਸੀ ਇਸ ਚੀਜ਼ ਵਾਸਤੇ ਵੀ ਤੁਸੀਂ ਆਪਣੇ ਡਰਿੰਕਸ ਵਿੱਚ ਕੈਫੀਨ ਪਾਉਂਦੇ ਜੀ। ਅਤੇ ਸ਼ਰਾਬ ਵੀ ਇੱਕ ਨਸ਼ਾ ਵਾ, ਉਹ ਵੀ ਸਾਡੇ ਦਿਮਾਗ 'ਤੇ ਇਫੈਕਟ ਕਰਦੀ ਆ। ਅਤੇ ਜਿਹੜੇ ਹੋਰ ਨਸ਼ੇ ਆ, ਅਫੀਮ, ਭੰਗ, ਪੋਸਤ, ਹੀਰੋਇਨ, ਉਹ ਅਫੀਮ ਤੋਂ ਹੀ ਬਣਦੀ ਆ। ਇਹ ਸਾਰੇ ਨਸ਼ੇ ਸਿਰਫ ਅਤੇ ਸਿਰਫ ਸਾਡੇ ਦਿਮਾਗ 'ਤੇ ਇਫੈਕਟ ਕਰਦੇ ਆ। ਅਤੇ ਇਹ ਕਹਿਣਾ ਬਿਲਕੁਲ ਹੀ ਗਲਤ ਹੈ ਕਿ ਨਸ਼ੇ ਕਰਨਾ ਬੰਦਾ ਮਰ ਜਾਂਦਾ। ਨਸ਼ੇ ਦੀ ਓਵਰਡੋਜ਼ ਨਾਲ ਬੰਦਾ ਮਰਦਾ ਵਾ, ਅਤੇ ਓਵਰਡੋਜ਼ ਤੁਸੀਂ ਦੁੱਧ ਦੀ ਦੇ ਲਓ, ਦੁੱਧ ਜ਼ਿਆਦਾ ਪੀ ਲਓ, ਉਹਦੇ ਨਾਲ ਬੰਦਾ ਜ਼ਹਿਰ ਬਣ ਜੂ ਉਹਦੇ ਵਿੱਚ, ਉਹ ਵੀ ਮਰ ਸਕਦਾ। ਜ਼ਿਆਦਾ ਤੁਸੀਂ ਪਾਣੀ ਪੀ ਲਓ, ਉਹਦੇ ਨਾਲ ਵੀ ਬੰਦਾ ਮਰ ਸਕਦਾ। ਰੋਟੀ ਹੀ ਜ਼ਿਆਦਾ ਖਾਈ ਜਾਓ, ਪ੍ਰੋਟੀਨ ਜ਼ਿਆਦਾ ਖਾਈ ਜਾਓ, ਉਹਦੇ ਨਾਲ ਵੀ ਬੰਦਾ ਮਰ ਸਕਦਾ, ਜ਼ਹਿਰ ਬਣ ਜਾਂਦਾ ਸਰੀਰ ਦੇ ਅੰਦਰ। ਦੁਨੀਆ ਦੇ ਵਿੱਚ ਜਿੰਨੀਆਂ ਵੀ ਦਵਾਈਆਂ ਬਣਦੀਆਂ ਵਾ, ਜਿੰਨੀਆਂ ਵੀ ਫਾਰਮਾਸਿਊਟੀਕਲ ਇੰਡਸਟਰੀਜ਼ ਆ, ਦੱਸੋ ਕਿਹੜੀ ਨਸ਼ੇ ਤੋਂ ਬਗੈਰ ਕੰਮ ਕਰਦੀ ਆ? ਹਰੇਕ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ, ਕਿਸੇ ਨਾ ਕਿਸੇ ਤਰ੍ਹਾਂ ਦਾ ਡਰੱਗ ਪਿਆ ਹੁੰਦਾ ਵਾ। ਉੱਨੀ ਸੌ 70 ਦੇ ਦਹਾਕੇ 'ਚ ਅਮੈਰੀਕਾ ਦੇ ਰਾਸ਼ਟਰਪਤੀ ਨੇ ਵਾਰ ਔਨ ਡਰੱਗਸ ਡਿਕਲੇਅਰ ਕੀਤਾ ਸੀ ਵੀ ਇਹ ਨਸ਼ਿਆਂ ਵਿਰੁੱਧ ਅਸੀਂ ਜੰਗ ਛੇੜਦੇ ਹਾਂ। ਅਤੇ ਉਹਦੇ ਨਾਲ ਹੀ ਇੱਕ ਆਲ ਆਊਟ ਅਫੈਂਸਿਵ ਜਾਰੀ ਕੀਤਾ ਨਸ਼ਿਆਂ ਦੇ ਖਿਲਾਫ। ਅਤੇ ਅੱਜ 50 ਸਾਲ ਹੋ ਗਏ ਉਸ ਚੀਜ਼ ਨੂੰ। ਅਤੇ ਅਮੈਰੀਕਾ ਦੀ ਹਾਲਤ ਵੇਖੋ, ਉੱਥੇ ਪਹਿਲਾਂ ਨਾਲੋਂ ਵੱਧ ਨਸ਼ੇ ਆ, ਜੇਲ੍ਹਾਂ ਦੇ ਵਿੱਚ ਪਹਿਲਾਂ ਨਾਲੋਂ ਨਸ਼ਿਆਂ ਕਰਕੇ ਜਿਹੜੇ ਇਨਮੇਟਸ ਆ ਉਹ ਵਧੇ ਆ, ਕਰਪਸ਼ਨ ਵਧੀ ਆ, ਜਿਹੜੀ ਵਾਇਲੈਂਸ ਆ ਉਸ 'ਚ ਬੈਨ ਕਰਕੇ ਲੈਟਿਨ ਅਮੈਰੀਕਾ ਦੇ ਵਿੱਚ, ਸਾਊਥ ਅਮੈਰੀਕਾ, ਏਸ਼ੀਆ ਅਤੇ ਅਮੈਰੀਕਾ ਦੇ ਵਿੱਚ ਵਾਇਲੈਂਸ ਵਧੀ ਆ, ਨਸ਼ੇ ਡਰੱਗ ਰਿਲੇਟਡ ਕ੍ਰਾਈਮਸ ਵਧੇ ਆ। ਅਤੇ ਕਿਉਂਕਿ ਇਹਦਾ ਕਾਰਨ ਕੀ ਆ ਕਿ ਅਮੈਰੀਕਾ ਨੇ ਜ਼ੋਰ ਦਿੱਤਾ ਵਾ ਸਪਲਾਈ ਰੋਕਣ 'ਤੇ, ਅਤੇ ਜਿਹੜੇ ਲੋਕ ਨਸ਼ਾ ਕਰਦੇ ਅਤੇ ਵੇਚਦੇ ਉਹਨਾਂ ਨੂੰ ਫੜਨ 'ਤੇ, ਪਰ ਡਿਮਾਂਡ ਨੂੰ ਖਤਮ ਕਰਨ 'ਤੇ ਕੋਈ ਜ਼ੋਰ ਨਹੀਂ ਦਿੱਤਾ। ਨਸ਼ਿਆਂ ਦਾ ਪੱਕਾ ਹੱਲ ਉਦੋਂ ਹੋ ਸਕਦਾ ਜੇਕਰ ਤੁਸੀਂ ਡਿਮਾਂਡ ਨੂੰ ਖਤਮ ਕਰੋ, ਕਿਉਂਕਿ ਜਦੋਂ ਤੱਕ ਡਿਮਾਂਡ ਰਹੂਗੀ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਅਵੇਲੇਬਲ ਹੋ ਹੀ ਜਾਊਗਾ। ਹੁਣ ਅਮੈਰੀਕਾ ਦੇ ਕੇਸ ਵਿੱਚ ਕੀ ਹੋਇਆ ਵਾ, ਉਹਨਾਂ ਨੇ ਨਸ਼ੇ ਬੈਨ ਕੀਤੇ ਆ, ਉਹਦੇ ਨਾਲ ਸਪਲਾਈ ਘਟੀ ਆ, ਸਪਲਾਈ ਘਟਣ ਨਾਲ ਨਸ਼ਿਆਂ ਦੇ ਰੇਟ ਵਧੇ ਆ। ਅਤੇ ਜਦੋਂ ਰੇਟ ਵਧਣਗੇ, ਕਿਉਂਕਿ ਡਰੱਗ ਮਾਰਕੀਟ ਜਿਹੜੀ ਆ ਉਹ ਪ੍ਰਾਈਸ ਸੈਂਸਿਟਿਵ ਨਹੀਂ ਹੈਗੀ ਕਿ ਰੇਟ ਜੇ ਵਧਾ ਦੋਗੇ ਤਾਂ ਚੀਜ਼ਾਂ ਲੋਕ ਘੱਟ ਖਰੀਦਣਗੇ। ਜਿੰਨੇ ਡਰੱਗ, ਜਿੰਨੇ ਨਸ਼ਾ ਕਰਨਾ, ਉਹਨੇ ਨਸ਼ਾ ਕਰਨਾ ਹੀ ਕਰਨਾ ਵਾ, ਚਾਹੇ ਰੇਟ ਜੋ ਮਰਜ਼ੀ ਹੋਵੇ। ਸੋ ਰੇਟ ਵਧਿਆ ਅਤੇ ਕ੍ਰਾਈਮ ਵਧਿਆ ਵਾ, ਜਿਹੜੇ ਲੋਕ ਲੁੱਟੋ ਖੋਹ ਦੀ ਵਾਰਦਾਤਾਂ ਵਧੀਆਂ ਵਾ, ਜਿਹੜੇ ਉਹਦੇ ਨਾਲ ਹੋਰ ਜਿਹੜੇ ਅਦਰ ਅਫੈਂਸਿਸ ਆ, ਵਾਇਲੈਂਟ ਅਫੈਂਸਿਸ, ਉਹ ਵਧੇ ਆ, ਕਰਪਸ਼ਨ ਵਧੀ ਆ, ਇੱਥੇ ਤੱਕ ਕਿ CIA ਦੀ ਇਨਵੋਲਵਮੈਂਟ ਤੱਕ, ਜਿਹੜੀ ਅਮੈਰੀਕਾ ਦੀ ਖੁਫੀਆ ਏਜੰਸੀ ਆ, ਇੰਟੈਲੀਜੈਂਸ ਏਜੰਸੀ ਆ, ਉਹਦੀ ਵੀ ਇਨਵੋਲਵਮੈਂਟ ਇਸ ਚੀਜ਼ ਦੇ ਵਿੱਚ ਪਾਈ ਗਈ ਹੈ, ਕਿੰਨੇ ਆਫਿਸਰਸ ਵੱਡੇ ਵੱਡੇ ਵਿਕ ਗਏ ਆ। ਸੋ ਇਸ ਚੀਜ਼ ਨਾਲ ਕਰਪਸ਼ਨ ਵੀ ਵਧੀ ਆ, ਕਿਉਂਕਿ ਡਰੱਗਸ ਦਾ ਰੇਟ ਵਧਣ ਤੋਂ ਬਾਅਦ ਵੀ ਉਹਦੀ ਡਿਮਾਂਡ ਨਹੀਂ ਘੱਟ ਹੋਈ, ਅਤੇ ਜਿਹੜੇ ਫੋਰਨ ਗੈਂਗਸ ਅਤੇ ਫੋਰਨ ਕਾਰਟੇਲ ਸੀ ਮੈਕਸੀਕਨ ਵਗੈਰਾ ਦੇ, ਉਹਨਾਂ ਨੇ ਟੇਕ ਓਵਰ ਕੀਤਾ ਅਤੇ ਉਹਨਾਂ ਨੇ ਸਪਲਾਈ ਪੂਰੀ ਕੀਤੀ। ਉਹਨਾਂ ਨੇ ਪੇਰੂ, ਸਾਊਥ ਅਮੈਰੀਕਾ ਜਿਹੜੇ ਦੇਸ਼ ਆ, ਪੇਰੂ, ਬੋਲੀਵੀਆ ਅਤੇ ਕੋਲੰਬੀਆ ਵਰਗੇ ਦੇਸ਼ਾਂ ਵਿੱਚ ਉੱਥੋਂ ਉਤਪਾਦਨ ਕਰਕੇ, ਉਹਨਾਂ ਨੂੰ ਰਿਫਾਈਨ ਕਰਕੇ ਡਰੱਗਸ ਨੂੰ ਵੇਚਣਾ ਸ਼ੁਰੂ ਕੀਤਾ। ਅਤੇ ਜਿਹੜਾ ਅਮੈਰੀਕਾ ਦਾ ਐਫੀਸ਼ੈਂਸੀ ਰੇਟ ਆ ਡਰੱਗ ਵਿਰੁੱਧ ਲੜਨ ਦਾ, ਉਹ ਸਿਰਫ ਅਤੇ ਸਿਰਫ 1% ਆ। ਇਹਦਾ ਮਤਲਬ ਕਿ ਸਿਰਫ 1% ਉਹ ਨਸ਼ਾ ਰੋਕ ਸਕਦੇ ਆ, ਜਿੰਨਾ ਨਸ਼ਾ ਜਿਹੜਾ ਸਪਲਾਈ ਅਤੇ ਜਿਹੜੇ ਲੋਕ ਕਰਨ ਦੇ ਆ। ਇੰਨਾ ਘੱਟ ਐਫੀਸ਼ੈਂਸੀ ਰੇਟ ਹੋਣ ਦੇ ਬਾਵਜੂਦ ਵੀ ਇਸ ਫੀਲਡ ਨੂੰ ਅਮੈਰੀਕਾ $30 billion ਇਨਵੈਸਟ ਕਰਦਾ ਵਾ। ਸੋ ਇੰਨਾ ਪੈਸਾ ਲਾਉਣ ਤੋਂ ਬਾਅਦ ਵੀ ਇਹਦੀ ਐਫੀਸ਼ੈਂਸੀ ਰੇਟ ਸਿਰਫ 1% ਆ। ਅਤੇ ਇਹੋ ਸੇਮ ਸਮੱਸਿਆ ਪੰਜਾਬ ਦੇ ਵਿੱਚ ਆ, ਪੰਜਾਬ ਛੱਡ ਕੇ ਦੂਜੇ ਸਾਰੇ ਇੰਡੀਆ ਦੇ ਵਿੱਚ ਹੀ, ਕਿ ਜਦੋਂ ਉੱਥੇ ਨਸ਼ੇ ਬੈਨ ਕੀਤੇ ਗਏ ਆ 1985 ਦੇ ਵਿੱਚ ਐਕਟ ਲਿਆਂਦਾ ਸੈਂਟਰ ਗੌਰਮੈਂਟ ਨੇ, ਜਿਹਦੇ ਵਿੱਚ ਉਹਨਾਂ ਨੇ ਸਾਰੇ ਜਿਹੜਾ ਫਸਟ ਟਾਈਮ ਅਫੈਂਡਰ ਆ, ਯਾਨੀ ਕਿ ਜਿਹੜਾ ਪਹਿਲੀ ਵਾਰ ਸਮਗਲਰ ਫੜਿਆ ਜਾਊਗਾ ਉਹਨੂੰ 10 ਸਾਲ ਦੀ ਕੈਦ, ਜਿਹੜਾ ਦੂਜੀ ਵਾਰ ਫੜਿਆ ਜਾਊਗਾ ਉਹਨੂੰ ਡੈਥ ਸੈਂਟੈਂਸ ਯਾਨੀ ਕਿ ਫਾਂਸੀ ਦੀ ਸਜ਼ਾ। ਇੰਨੀਆਂ ਸਖ਼ਤ ਧਾਰਾਵਾਂ ਅਤੇ ਇੰਨੀਆਂ ਸਖ਼ਤ ਸਜ਼ਾਵਾਂ ਲਾਉਣ ਦੇ ਬਾਵਜੂਦ ਵੀ ਕਿ ਨਸ਼ਾ ਰੁਕ ਗਿਆ ਨਹੀਂ, ਜਦੋਂ ਤੱਕ ਡਿਮਾਂਡ ਖਤਮ ਨਹੀਂ ਹੁੰਦੀ, ਜਦੋਂ ਤੱਕ ਡਿਮਾਂਡ ਨੂੰ ਤੁਸੀਂ ਕੰਟਰੋਲ ਨਹੀਂ ਕਰਦੇ ਉਦੋਂ ਤੱਕ ਨਸ਼ਾ ਨਹੀਂ ਬੰਦ ਹੋ ਸਕਦਾ। ਸਾਡੇ ਇੰਡੀਆ ਦੇ ਵਿੱਚ ਵੀ ਨਸ਼ਾ ਬਾਹਰੋਂ ਆਉਂਦਾ ਵਾ, ਅਫਗਾਨਿਸਤਾਨ ਵਾਲੇ ਨਸ਼ਾ ਭੇਜਦੇ ਆ, ਜਿਹੜੇ ਉਹ ਖੱਚਰ ਜਿਹੇ ਲੋਕ, ਗਧੇ ਚਰਾਉਣ ਵਾਲੇ ਲੋਕ ਉੱਥੇ ਪੈਸੇ ਕਮਾਉਂਦੇ ਆ, ਜਦਕਿ ਪੈਸਾ ਉਹ ਜਿਹੜਾ ਅਫੀਮ ਦੇ ਖੇਤੀ ਦੇ ਵਿੱਚੋਂ ਇੰਨਾ ਪੈਸਾ ਵਾ, ਇੰਨੀ ਉਹਦੇ ਵਿੱਚ ਪ੍ਰੋਫਿਟ ਆ ਕਿ ਸਾਰਾ ਪੰਜਾਬ ਦਾ ਛੱਡ ਕੇ ਸਾਰੀ ਇੰਡੀਆ ਦਾ ਕਰਜ਼ਾ ਮਾਫ਼ ਹੋ ਸਕਦਾ ਵਾ। ਜੇ ਉੱਥੇ ਨਸ਼ਾ, ਜੇ ਅਫੀਮ ਦੀ ਖੇਤੀ
ਆਤੰਕਵਾਦੀਆਂ ਜਿਹੜੇ ਤਾਲਿਬਾਨ ਨੇ ਉਹਨਾਂ ਹੱਥੋਂ ਹੋ ਕੇ ਜਾਂਦੀ ਹੈ ਅਤੇ ਸਾਰਾ ਪ੍ਰੋਫਿਟ ਪਹਿਲਾਂ ਉਹ ਖਾਂਦੇ ਆ। ਅਤੇ ਜੇਕਰ ਸਾਡੇ ਦੇਸ਼ ਦੇ ਵਿੱਚ ਅਫੀਮ ਦੀ ਖੇਤੀ ਲੀਗਲ ਹੋਵੇ, ਕਿਉਂਕਿ ਦੁਨੀਆ ਦੇ ਵਿੱਚ ਇਸ ਟਾਈਮ ਬਹੁਤ ਘੱਟ ਦੇਸ਼ ਆ ਜਿਨ੍ਹਾਂ ਵਿੱਚ ਅਫੀਮ ਦੀ ਖੇਤੀ ਲੀਗਲ ਆ, ਅਤੇ ਜੇਕਰ ਗੌਰਮੈਂਟ ਇਸ ਨੂੰ ਰੈਗੂਲੇਟ ਕਰੇ ਤਾਂ ਦੁਨੀਆ ਆਪਣੇ ਦੇਸ਼ ਦੀ ਸਾਰੀ ਸਮੱਸਿਆ ਦਾ ਹੱਲ ਹੋ ਸਕਦਾ। ਕਿਉਂਕਿ ਦੇਖੋ, ਨਸ਼ੇ ਨੂੰ ਤੁਸੀਂ ਰੋਕ ਨਹੀਂ ਸਕਦੇ, ਜਿਨ੍ਹਾਂ ਨੇ ਨਸ਼ਾ ਕਰਨਾ ਉਹਨਾਂ ਨੇ ਕਰਨਾ ਹੀ ਕਰਨਾ। ਅਤੇ ਅਫੀਮ ਇਹ ਵੀ ਨਹੀਂ ਕਿ ਆਪਣੇ ਇਕੱਲੀ ਅਫੀਮ ਦੀ ਗੱਲ ਨਹੀਂ ਕਰਦਾ, ਹਰੇਕ ਨਸ਼ੇ ਦੀ ਗੱਲ ਕਰਦੇ ਹਾਂ। ਜਿਹੜਾ ਵੀ ਨਸ਼ਾ ਵਾ ਉਹ ਇੱਕ ਬੜਾ ਵੱਡੀ ਇੰਡਸਟਰੀ ਆ, ਪਰ ਇੰਡਸਟਰੀ ਸਾਰੀ ਅੰਡਰਗਰਾਊਂਡ ਆ। ਜਿੰਨੇ ਵੀ ਅੰਡਰਗਰਾਊਂਡ ਡਰੱਗ ਡੀਲਰਸ ਆ, ਜਿੰਨੇ ਸਮਗਲਰਸ ਆ, ਉਹਨਾਂ ਸਾਰਿਆਂ ਦਾ ਕੰਮ ਠੱਪ ਹੋ ਜੂ ਜੇਕਰ ਨਸ਼ਾ ਲੀਗਲ ਹੋ ਜੇ। ਇਹਦੀ ਇਗਜ਼ਾਮਪਲ ਆਪਾਂ ਦੇਖਦੇ ਕੈਨੇਡਾ ਦੇ ਵਿੱਚ, ਜਦੋਂ 2 ਸਾਲ ਪਹਿਲਾਂ ਇੱਥੇ ਜਿਹੜੀ ਭੰਗ ਆ ਵੀਡ ਇਲੀਗਲ ਸੀ, ਇਹਨਾਂ ਨੇ ਵੀਡ ਲੀਗਲ ਕਰਤੀ, ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਇਹ ਲੋਕਾਂ ਨੂੰ ਸਮਝਾ ਬੁਝਾ ਕੇ ਨਹੀਂ ਇਹ ਇਸ ਚੀਜ਼ ਦਾ ਹੱਲ ਕਰ ਸਕਦੇ। ਇਹਨਾਂ ਨੇ ਬੜੇ ਬੈਨ ਲਾਏ, ਬੜੀਆਂ ਸਜ਼ਾਵਾਂ ਕੀਤੀਆਂ, ਬੜੇ ਲੋਕਾਂ ਨੂੰ ਜੇਲ੍ਹਾਂ 'ਚ ਪਾਇਆ, ਬੜੇ ਫਾਈਨ ਚਲਾਏ, ਪਰ ਉਹਦੇ ਨਾਲ ਇਸ ਚੀਜ਼ ਦਾ ਹੱਲ ਨਹੀਂ ਹੋਇਆ। ਇਹਨਾਂ ਨੇ ਵੀਡ ਨੂੰ ਲੀਗਲ ਕੀਤਾ, ਭੰਗ ਲੀਗਲ ਹੋਈ ਆ, ਉਹਦੀ ਦੁਕਾਨਾਂ ਖੁੱਲੀਆਂ ਵਾ, ਜਿਹੜੀਆਂ ਦੁਕਾਨਦਾਰ ਵੀ ਸਰਕਾਰ ਨੂੰ ਟੈਕਸ ਪੇ ਕਰਦੇ ਆ, ਜਿਹੜੇ ਲੋਕ ਭੰਗ ਪੀਂਦੇ ਉਹ ਵੀ ਟੈਕਸ ਪੇ ਕਰਦੇ ਆ। ਇੱਕ ਰੈਗੂਲੇਸ਼ਨ ਸਿਸਟਮ ਚੱਲਿਆ ਵਾ, ਹੁਣ ਭੰਗ ਰੈਗੂਲੇਟ ਹੋ ਕੇ ਜਿਹੜੀ ਵਧੀਆ ਕੁਆਲਿਟੀ ਦੀ ਭੰਗ ਹੈ ਲੋਕਾਂ ਵਿੱਚ ਮਿਲਦੀ ਆ, ਅਤੇ ਲੋਕ ਹਿਸਾਬ ਨਾਲ ਪੀਂਦੇ ਆ। ਇਹੋ ਇਗਜ਼ਾਮਪਲ ਆਪਾਂ ਸਵਿਟਜ਼ਰਲੈਂਡ 'ਚ ਵੇਖਦੇ ਹਾਂ, ਇਹੋ ਇਗਜ਼ਾਮਪਲ ਪੋਰਚੁਗਲ 'ਚ ਆ। ਸਵਿਟਜ਼ਰਲੈਂਡ ਦੇ ਵਿੱਚ ਵੀ 1980 ਦੇ ਦਹਾਕੇ 'ਚ ਕਾਫੀ ਵੱਡੀ ਸਮੱਸਿਆ ਸੀ ਹੀਰੋਇਨ ਦੀ। ਸੋ ਉਹਨਾਂ ਨੇ ਉਸ ਚੀਜ਼ ਦਾ ਹੱਲ ਕਿਸ ਤਰ੍ਹਾਂ ਕੀਤਾ? ਸਵਿਟਜ਼ਰਲੈਂਡ ਦੀ ਗੌਰਮੈਂਟ ਨੇ ਹਾਰਮ ਰਿਡਕਸ਼ਨ ਪਾਲਿਸੀ ਲਿਆਂਦੀ, ਜਿਹਦੇ ਤਹਿਤ ਹੀਰੋਇਨ ਮੇਨਟੇਨੈਂਸ ਸੈਂਟਰ ਖੋਲ੍ਹੇ ਗਏ। ਉਹਨਾਂ ਵਿੱਚ ਜਿਹੜੀ ਵੀ ਡਰੱਗਸ ਦੇ ਐਡਿਕਟ ਸੀ, ਉਹਨਾਂ ਨੇ ਕ੍ਰਿਮੀਨਲ ਛੱਡ ਕੇ ਇੱਕ ਪੇਸ਼ੈਂਟ ਦੇ ਵਾਂਗੂ ਵੇਖਿਆ, ਉਹਨਾਂ ਵਾਸਤੇ ਫ੍ਰੀ ਹੀਰੋਇਨ ਅਵੇਲੇਬਲ ਕਰਾ ਕੇ ਦਿੱਤੀ, ਜਿਹੜੀ ਫ੍ਰੀ ਅਤੇ ਸੇਫ ਹੀਰੋਇਨ ਆ, ਯਾਨੀ ਕਿ ਹਾਈ ਕੁਆਲਿਟੀ। ਉਹਦੇ ਵਿੱਚ ਫ੍ਰੀ ਇੰਜੈਕਸ਼ਨ ਦਿੱਤੇ ਗਏ, ਜਿਹੜੇ ਉਹਨਾਂ ਦੇ ਪੇਸ਼ੈਂਟ ਆ ਉਹਨਾਂ ਨੂੰ ਬੈੱਡ ਦਿੱਤੇ ਗਏ, ਫ੍ਰੀ ਸ਼ਾਵਰ ਦਿੱਤੇ ਗਏ ਨਹਾਉਣ ਵਾਸਤੇ, ਅਤੇ ਨਾਲ ਦੀ ਨਾਲ ਸੋਸ਼ਲ ਵਰਕਰ ਅਤੇ ਜਿਹੜਾ ਡਾਕਟਰ ਦੀ ਟੀਮ ਉੱਥੇ ਮੁਹਿੰਮ ਅਵੇਲੇਬਲ ਕਰਾਈ ਗਈ, ਅਤੇ ਤਾਂ ਕਿ ਜਿੰਨਾ ਉਹਨਾਂ ਦੀ ਸਾਰੀ ਉਹਨਾਂ ਨੂੰ ਡਰੱਗ ਵੀ ਦਿੱਤਾ ਜਾਵੇ, ਉਹਨਾਂ ਨੂੰ ਨਸ਼ਾ ਵੀ ਕਰਾਇਆ ਜਾਵੇ, ਨਾਲ ਦੀ ਨਾਲ ਉਹਨਾਂ ਦੀ ਸਮੱਸਿਆ ਵੀ ਸਮਝੀਆਂ ਜਾਣ, ਜਿਹੜੇ ਉਹਨਾਂ ਨੂੰ ਕੋਈ ਕਿੱਦਾਂ ਘਰ ਨਹੀਂ ਹੈਗਾ, ਕਈਆਂ ਕੋਲ ਕਈਆਂ ਕੋਲ ਕੰਮ ਨਹੀਂ ਸੀ ਹੈਗਾ, ਹਰ ਇੱਕ ਪੱਖੋਂ ਉਹਨਾਂ ਦੀ ਹੈਲਪ ਕੀਤੀ। ਅਤੇ ਇਹਦੇ ਨਾਲ ਕੀ ਰਿਜ਼ਲਟ ਨਿਕਲਿਆ? ਜਿੰਨੇ ਵੀ ਬੰਦੇ ਉੱਥੇ ਗਏ ਆ, ਉਹਨਾਂ ਵਿੱਚ 2/3 ਯਾਨੀ ਕਿ 60-70% ਬੰਦੇ ਜਿਹੜੇ ਵੀ ਉਹ ਹਾਰਮ ਰਿਡਕਸ਼ਨ ਸੈਂਟਰ ਵਿੱਚ ਗਏ ਆ, ਉਹਨਾਂ ਨੂੰ ਨੋਰਮਲ ਲਾਈਫ ਜੀਣ ਦਾ ਮੌਕਾ ਮਿਲਿਆ ਵਾ ਜਾਂ ਉੱਥੋਂ ਜਾਣ ਤੋਂ ਬਾਅਦ। ਅਤੇ ਪੰਜਾਬ ਦੇ ਵਿੱਚ ਕੀ, ਆਪਣੇ ਨਸ਼ਾ ਛਡਾਊ ਕੇਂਦਰ ਖੋਲ੍ਹੇ ਸਰਕਾਰ ਨੇ, ਪਰ ਉਹ ਨਸ਼ਾ ਛਡਾਊ ਕੇਂਦਰ ਤੋਂ ਜਦੋਂ ਵੀ ਬਾਹਰ ਜਾਂਦੇ ਬੰਦਾ, ਉਹ ਫਿਰ ਨਸ਼ਾ ਕਰਨ ਲੱਗ ਜਾਂਦਾ ਸੀ। ਉਹਦਾ ਕਾਰਨ ਕੀ ਆ? ਕਿਉਂਕਿ ਜਦੋਂ ਬਾਹਰ ਜਾਂਦਾ ਵਾ ਬੰਦਾ, ਉਹਨੂੰ ਫਿਰ ਉਹ ਸੋਸਾਇਟੀ, ਉਹ ਜਿਹੜਾ ਇਨਵਾਇਰਮੈਂਟ ਦੁਬਾਰਾ ਮਿਲ ਜਾਂਦਾ ਵਾ, ਅਤੇ ਉਹ ਫਿਰ ਉਸੇ ਕੰਮਾਂ ਵਿੱਚ ਪੈ ਜਾਂਦਾ ਜਿੱਥੋਂ ਉਹਨੂੰ ਕੱਢਿਆ ਗਿਆ ਸੀ। ਇਸ ਕਰਕੇ ਨਸ਼ਾ ਬੈਨ ਕਰਨਾ ਇਸ ਚੀਜ਼ ਦਾ ਹੱਲ ਨਹੀਂ ਹੈਗਾ। ਨਸ਼ਾ ਬੈਨ ਉੱਥੇ ਹੋ ਸਕਦਾ ਵਾ, ਨਸ਼ੇ ਦਾ ਬੈਨ ਉੱਥੇ ਕਾਰੀਗਰ ਹੈ ਜੇਕਰ ਇੱਕ ਡਿਕਟੇਟਰਸ਼ਿਪ ਆ, ਆਇਰਨ ਹੈਂਡ ਨਾਲ ਇੱਕ ਦੇਸ਼ ਨੂੰ ਚਲਾਇਆ ਜਾਂਦਾ ਵਾ। ਜੇ ਨੌਰਥ ਕੋਰੀਆ ਵਰਗਾ ਦੇਸ਼ ਬੈਨ ਕਰਦਾ ਨਸ਼ੇ ਨੂੰ, ਉੱਥੇ ਨਸ਼ਾ ਬੈਨ ਜਿਹੜਾ ਬੈਨ ਵਰਕ ਕਰੂਗਾ। ਜੇਕਰ ਕੋਈ ISIS ਵਰਗੀ ਸੰਗਠਨ, ਉਹਨਾਂ ਦਾ ਰਾਜ ਹੈ, ਉੱਥੇ ਉਹ ਨਸ਼ਾ ਬੈਨ ਕਰਦੇ ਆ, ਉਹਨਾਂ ਨੇ ਕੀਤੀ ਵੀ ਸ਼ਰਾਬ ਅਤੇ ਉਹਨਾਂ ਨੇ ਸਮੋਕਿੰਗ ਬੈਨ ਕੀਤੀ ਸੀ, ਤਾਂ ਉਹ ਕੰਮ ਵੀ ਕੀਤੀ ਆ। ਅਤੇ ਜੇਕਰ ਅਸੀਂ ਬੈਨ ਹੀ ਕਰਨਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਉਹੋ ਜਿਹਾ ਸੈਟਅਪ, ਗਵਰਨਮੈਂਟ ਸੈਟਅਪ ਦੇਖਣਾ ਪਊਗਾ। ਅਤੇ ਕੀ ਅਸੀਂ ਚਾਹੁੰਦੇ ਹਾਂ ਕਿ ਜੇਕਰ ਚੋਰੀ ਕਰੇ ਬੰਦਾ ਉਹਦਾ ਹੱਥ ਵੱਢ ਦਿਓ, ਅਤੇ ਉਹਦੇ ਸ਼ਰੇਆਮ ਬੰਦੇ ਦਾ ਸਿਰ ਲਾ ਦਿਓ, ਜਿਹਦੀ ਮਰਜ਼ੀ ਲੱਤਾਂ ਬਾਹਾਂ ਵੱਢ ਕੇ ਕੁੱਤਿਆਂ ਵਾਂਗੂ ਸੁੱਟ ਦਿਓ? ਅਤੇ ਜੇਕਰ ਇਹੋ ਜਿਹਾ ਆਪਾਂ ਚਾਹੁੰਦੇ ਹਾਂ ਸੈਟਅਪ, ਤਾਂ ਫਿਰ ਉਹ ਮਰਜ਼ੀ ਹੁਣ ਲੋਕਾਂ ਦੀ ਆ। ਅਤੇ ਜੇਕਰ ਆਪਾਂ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਕਦੇ ਵੀ ਬੈਨ ਕੰਮ ਨਹੀਂ ਕਰ ਸਕਦਾ, ਤਾਂ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਨੇ ਕਰਕੇ ਵੇਖਿਆ ਵਾ, ਅਤੇ ਹਾਰੇ ਆ, ਇਹਨਾਂ ਪੈਸਾ ਬਰਬਾਦ ਕਰਕੇ ਹਾਰੇ ਆ। ਹੁਣ ਇਸੇ ਤਰ੍ਹਾਂ ਪੋਰਚੁਗਲ ਦੇ ਵਿੱਚ ਵੀ 90 ਦੇ ਦਹਾਕੇ 'ਚ ਕਾਫੀ ਵੱਡੀ ਹੀਰੋਇਨ ਕ੍ਰਾਈਸਿਸ ਆਈਆਂ ਸੀ, ਕਿਉਂਕਿ ਅਫਗਾਨਿਸਤਾਨ ਤੋਂ ਕਾਫੀ ਸਸਤੀ ਅਤੇ ਪੋਰਟੇਬਲ ਹੀਰੋਇਨ ਉੱਥੋਂ ਅਵੇਲੇਬਲ ਸੀ, ਅਤੇ ਮਜਬੂਰ ਹੋ ਕੇ ਉੱਥੋਂ ਦੀ ਸਰਕਾਰ ਨੂੰ 2001 ਦੇ ਵਿੱਚ ਸਾਰੇ ਡਰੱਗਸ ਲੀਗਲ ਕਰਨੇ ਪਏ। ਉਹਨਾਂ ਦੀਆਂ ਜੇਲ੍ਹਾਂ ਸਾਰੀਆਂ ਭਰ ਗਈਆਂ ਸੀ, ਉਹਨਾਂ ਕੋਲ ਇਹਨਾਂ ਰਿਸੋਰਸਿਸ ਨਹੀਂ ਰਿਹਾ ਵੀ ਉਸ ਜੇਲ੍ਹਾਂ ਨੂੰ ਸੰਭਾਲ ਸਕਦੇ। ਸੋ ਇਸ ਕਰਕੇ ਉਹਨਾਂ ਨੇ 2001 ਦੇ ਵਿੱਚ ਪੋਰਚੁਗਲ ਪਹਿਲੀ ਕੰਟਰੀ ਬਣੀ ਦੁਨੀਆ ਜਿਹਨੇ ਸਾਰੇ ਡਰੱਗਸ ਲੀਗਲ ਕੀਤੇ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਦੇ ਪੋਜ਼ਿਟਿਵ ਰਿਜ਼ਲਟ ਮਿਲੇ ਆ। ਜਿਹੜੇ ਵੀ ਕ੍ਰਿਮੀਨਲ ਸੀ, ਜਿਹੜੇ ਹੀਰੋਇਨ ਦੇ ਯੂਜ਼ਰ ਸੀ, ਜਿਹੜੇ ਸਪਲਾਇਰ ਸੀ, ਉਹਨਾਂ ਨੂੰ ਇੱਕ ਕ੍ਰਿਮੀਨਲ ਦੇ ਤੌਰ 'ਤੇ ਵੇਖਣਾ ਬੰਦ ਕੀਤਾ ਗਿਆ, ਅਤੇ ਇੱਕ ਪੇਸ਼ੈਂਟ ਦੀ ਤਰ੍ਹਾਂ ਵੇਖਿਆ ਗਿਆ। ਉਹਨਾਂ ਦੀਆਂ ਮਜਬੂਰੀਆਂ ਸਮਝੀਆਂ ਗਈਆਂ, ਕਿਉਂ ਉਸ ਚੀਜ਼ ਦੇ ਵਿੱਚ ਪੈਂਦੇ ਆ। ਅਤੇ ਜਿਹੜਾ ਬੰਦਾ ਹੀਰੋਇਨ ਯੂਜ਼ਰ ਜਿਹੜਾ ਪਹਿਲਾਂ ਅਦਾਲਤ ਜਾਂਦਾ ਸੀ, ਜੱਜ ਨੂੰ ਮਿਲਦਾ ਸੀ, ਪੁਲਿਸ ਨੂੰ ਮਿਲਦਾ ਸੀ, ਉਹਨਾਂ ਨੂੰ ਬਾਅਦ 'ਚੋਂ ਸੋਸ਼ਲ ਵਰਕਰ ਅਤੇ ਮੈਡਿਕਸ ਅਤੇ ਲੋਇਰਸ ਨਾਲ ਉਹਨਾਂ ਦੀ ਮੁਲਾਕਾਤਾਂ ਕਰਾਈਆਂ ਗਈਆਂ। ਇਸ ਦੇ ਨਾਲ ਜਿਹੜਾ ਪੋਰਚੁਗਲ ਦਾ ਪਹਿਲੇ ਉਹਨਾਂ ਜਿਹੜਾ ਬਜਟ ਸੀ, 90% ਐਨਫੋਰਸਮੈਂਟ 'ਤੇ ਲੱਗਦਾ ਸੀ, ਅਤੇ 10% ਹੈਲਥ ਕੇਅਰ 'ਤੇ ਲੱਗਦਾ ਸੀ। ਅਤੇ ਇਸ ਚੀਜ਼ ਤੋਂ ਬਾਅਦ, ਡਰੱਗ ਲੀਗਲਾਈਜੇਸ਼ਨ ਤੋਂ ਬਾਅਦ, ਉਹਨਾਂ ਦਾ ਇਹ ਪੂਰਾ ਪੁੱਠਾ ਹੋ ਗਿਆ। 10% ਲੱਗਦਾ ਇਨਫੋਰਸਮੈਂਟ 'ਤੇ, ਯਾਨੀ ਕਿ ਜਿਹੜਾ ਪੁਲਿਸ 'ਤੇ ਅਤੇ ਹੋਰ ਚੀਜ਼ਾਂ 'ਤੇ, 90% ਲੱਗਦਾ ਹੈਲਥ ਕੇਅਰ 'ਤੇ। ਅਤੇ ਇਹਦੇ ਨਾਲ ਫਾਇਦਾ ਕਿਹਦਾ ਹੋਇਆ? ਲੋਕਾਂ ਦਾ, ਸਮਾਜ ਦਾ ਫਾਇਦਾ ਆ। ਅਤੇ ਬਿਲਕੁਲ ਹੀ ਇੱਕ ਹਵਾਈ ਖਿਆਲ ਆ ਕਿ ਜੇਕਰ ਤੁਸੀਂ ਡਰੱਗ ਲੀਗਲ ਕਰ ਦਿਓਗੇ ਤਾਂ ਸਾਰੇ ਨਸ਼ੇੜੀ ਹੋ ਜਾਣਗੇ ਦੁਨੀਆ। ਅਸੀਂ ਇੱਕ
ਚਾਹੇ ਉਹ ਚੀਜ਼ ਉਹਦੇ ਹੱਥ ਚੰਗੀ ਹੈ ਚਾਹੇ ਉਹ ਚੀਜ਼ ਉਹਦੇ ਹੱਥ ਮਾੜੀ ਆ, ਉਹ ਚੀਜ਼ ਦੀ ਸਮੱਸਿਆ ਨਹੀਂ ਆ ਕਿ ਬੰਦਾ ਕੀ ਖਾਂਦਾ ਵਾ। ਸਮੱਸਿਆ ਇੱਥੇ ਆ ਕਿ ਜਦੋਂ ਉਸ ਚੀਜ਼ ਨੂੰ ਤੁਸੀਂ ਬੈਨ ਕਰਦੇ ਜੇ ਅਤੇ ਉਹਦੀ ਇੱਕ ਅੰਡਰਗਰਾਊਂਡ ਮਾਰਕੀਟ ਸ਼ੁਰੂ ਹੁੰਦੀ ਆ, ਅਤੇ ਉਹ ਮਾਰਕੀਟ ਵਾਇਲੈਂਟ ਆ, ਕਰਪਟ ਆ, ਕੋਈ ਉਹਦੀ ਜਵਾਬਦੇਹੀ ਨਹੀਂ, ਕੋਈ ਕੁਆਲਿਟੀ 'ਤੇ ਕੰਟਰੋਲ ਚੱਕ ਨਹੀਂ, ਕੋਈ ਟੈਕਸ ਪੇ ਨਹੀਂ, ਅਤੇ ਉਹ ਚੀਜ਼ ਦੀ ਉਹਦੇ ਚੀਜ਼ ਨਾਲ ਸਮੱਸਿਆ ਬਣਦੀ ਆ। ਕਿਉਂਕਿ ਜੇਕਰ ਇੱਕ ਬੰਦਾ ਮਾਰਕੀਟ ਇੰਡਸਟਰੀ ਚਲਾਉਂਦਿਆ ਵਾ, ਕੋਈ ਮਾਰਕੀਟ ਚਲਾਉਂਦਿਆ ਵਾ, ਉਹਦੀ ਜਵਾਬਦੇਹੀ ਆ, ਉਹ ਅਦਾਲਤ ਵਿੱਚ ਉਹਦਾ ਆਪਾਂ ਕੇਸ ਕਰ ਸਕਦੇ ਹਾਂ। ਜਿਹੜਾ ਬੰਦਾ ਇਲੀਗਲ ਮਾਰਕੀਟ ਚਲਾਉਂਦਿਆ, ਉੱਥੇ ਕਿੰਨਾ ਕੁਛ ਹੁੰਦਾ ਵਾ, ਜਿਹੜਾ ਬੰਦੇ ਉਸ ਜਿਹੜੀ ਇੰਡਸਟਰੀ 'ਤੇ ਉਸ ਵਪਾਰ ਦੇ ਵਿੱਚ ਇਨਵੋਲਵਡ ਆ, ਉਹ ਕਿਤਰਾ ਆਪਣੇ ਕੋਈ ਆਪਣਾ ਕੋਈ ਉੱਥੇ ਸਮੱਸਿਆ ਪੈਦਾ ਹੁੰਦੀ ਹੈ, ਕੋਈ ਆਪਸ ਤਾਂਗ ਝੰਗ ਹੁੰਦੀ ਹੈ, ਕੋਈ ਪੈਸੇ ਲੈਣ ਦੇਣੇ ਆ, ਉਹ ਕਿੱਥੇ ਜਾਊਗਾ? ਅਦਾਲਤਾਂ ਵਿੱਚ ਤਾਂ ਜਾਣ ਨਹੀਂ ਸਕਦਾ। ਉਹ ਆਪਸ 'ਚ ਸੁਲਝਾਉਣਗੇ, ਅਤੇ ਆਪਸ 'ਚ ਕਿਤਰਾ ਸੁਲਝਾਉਣਗੇ? ਗੋਲੀ ਚਲਾ ਗਏ, ਵੱਢ ਟੁੱਕ ਹੋਊਗੀ, ਅਤੇ ਉਹ ਸਮੱਸਿਆ ਉੱਥੇ ਆ। ਸੋ ਨਸ਼ਾ ਲੀਗਲ ਕਰਨ ਨਾਲ ਨਸ਼ੇ ਦੀ ਵਰਤੋਂ ਵਧੂਗੀ ਨਹੀਂ, ਸਗੋਂ ਘਟੂਗੀ, ਜਿਸ ਤਰ੍ਹਾਂ ਸ਼ਰਾਬ ਅਤੇ ਤੰਬਾਕੂ ਦੇ ਕੇਸ 'ਚ ਆ। ਹੁਣ ਸ਼ਰਾਬ ਅਤੇ ਤੰਬਾਕੂ ਕੋਈ ਬਹੁਤੀ ਚੰਗੀ ਚੀਜ਼ ਤਾਂ ਨਹੀਂ, ਇਹਨਾਂ ਦੇ ਬੜੇ ਨੁਕਸਾਨ ਆ। ਹਜ਼ਾਰਾਂ ਲੱਖਾਂ ਲੋਕ ਹਰ ਸਾਲ ਤੰਬਾਕੂ ਦੀ ਵਰਤੋਂ ਨਾਲ ਮਰਦੇ ਆ, ਪਰ ਫਿਰ ਵੀ ਲੋਕਾਂ ਨੂੰ ਪਤਾ ਵਾ ਕਿ ਇਸ ਚੀਜ਼ ਦੀ ਵਰਤੋਂ ਕਿਤਰਾਂ ਕਰਨੀ, ਓਵਰਡੋਜ਼ ਨਾਲ ਕੋਈ ਮਰਦਾ ਨਹੀਂ। ਇਸੇ ਤਰੀਕੇ ਨਾਲ ਬਾਕੀ ਨਸ਼ੇ ਆ, ਜੇਕਰ ਉਹਨਾਂ ਦੀ ਅਵੇਅਰਨੈਸ ਹੋਊਗੀ, ਲੋਕਾਂ ਨੂੰ ਪਤਾ ਹੋਊਗਾ, ਲੋਕਾਂ ਵਿੱਚ ਹੋਊਗਾ ਕੋਈ ਨਹੀਂ ਵੀ ਅਸੀਂ ਜੀ ਇਹ ਚੀਜ਼ ਪੀ ਕੇ ਵੇਖਣੀ ਆ, ਕਿਉਂਕਿ ਨਸ਼ਾ ਕਰਨਾ ਕੋਈ ਮਰਦਾ ਨਹੀਂ, ਨਸ਼ੇ ਦੀ ਓਵਰਡੋਜ਼ ਨਾਲ ਮਰਦਾ, ਨਸ਼ੇ ਦੀ ਲਗਾਤਾਰ ਵਰਤੋਂ ਨਾਲ ਲੋਕ ਮਰਦੇ ਆ। ਹਾਂ, ਕੁਛ ਸਮਾਜ ਦਾ ਹਿੱਸਾ ਜ਼ਰੂਰ ਹੋਊਗਾ ਜਿਹੜੇ ਇਸ ਚੀਜ਼ ਦੀ ਦੁਰਵਰਤੋਂ ਕਰੂਗਾ, ਅਤੇ ਉਹ ਪਰ ਸਮੱਸਿਆ ਉਹਨਾਂ ਦੇ ਆਪਣੇ ਤੱਕ ਸੀਮਿਤ ਆ, ਉਹ ਸਮਾਜ ਦੇ ਵਿੱਚ ਉਹਦਾ ਕੋਈ ਬਹੁਤਾ ਪ੍ਰਭਾਵ ਨਹੀਂ ਆਪਾਂ ਨੂੰ ਮਿਲੂਗਾ। ਸੋ ਨਸ਼ਿਆਂ ਵਾਸਤੇ ਅਤੇ ਨਸ਼ੇੜੀਆਂ ਵਾਸਤੇ ਪਰਸਪੈਕਟਿਵ ਚੇਂਜ ਕਰਨ ਦੀ ਲੋੜ ਆ। ਕਨੇਡਾ ਵਿੱਚ ਵੀ ਇਹਨਾਂ ਨੇ ਪਿੱਛੇ ਜਿਹੇ ਸੈਂਟਰ ਖੋਲ੍ਹੇ ਆ, ਮੈਡੀਕਲ ਸੈਂਟਰ ਖੋਲ੍ਹੇ, ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਸ਼ਾ, ਹੀਰੋਇਨ, ਕੋਕੇਨ, ਕੁਛ ਵੀ ਚੀਜ਼ ਲੈ ਜਾਓ, ਤੁਹਾਨੂੰ ਟੀਕੇ ਇੰਜੈਕਸ਼ਨ ਉਹ ਆਪ ਦੇਣਗੇ, ਅਤੇ ਕੋਟਨ ਵਗੈਰਾ ਸਾਰੀ ਸਪਲਾਈ ਦੇਣਗੇ, ਤੁਸੀਂ ਆਪਣਾ ਨਸ਼ਾ ਲਾ ਕੇ ਉੱਥੇ ਟੀਕੇ ਸੁੱਟ ਕੇ ਚਲੇ ਜਾਓ। ਉਹਦਾ ਮਕਸਦ ਕੀ ਆ? ਕਿ ਜਿਹੜੀ ਇਹਦੇ ਨਾਲ ਇਨਫੈਕਸ਼ਨ ਫੈਲਦੀ ਉਹਨੂੰ ਰੋਕਿਆ ਜਾਵੇ। ਉੱਥੇ ਉਹਨਾਂ ਦਾ ਕੋਈ ਪਿੱਛਾ ਨਹੀਂ ਕੀਤਾ ਜਾਂਦਾ ਵੀ ਕਿੱਥੋਂ ਬੰਦੇ ਆਏ ਆ, ਕਿੱਥੋਂ ਨਸ਼ਾ ਲਿਆ ਇਹਨਾਂ ਨੇ, ਉਹਨਾਂ ਨੂੰ ਇੱਕ ਪੇਸ਼ੈਂਟ ਦੇ ਰੂਪ 'ਚ ਵੇਖਿਆ ਜਾਂਦਾ ਵਾ, ਤਾਂ ਕਿ ਉਹਨਾਂ ਦੀ ਹੈਲਪ ਕੀਤੀ ਜਾ ਸਕੇ। ਜਿਹੜੇ ਉੱਥੇ ਕਾਉਂਸਲਿੰਗ ਚਾਹੁੰਦੇ ਆ, ਕੋਈ ਸਕੈਟਰਿਸਟ ਨਾਲ, ਕੋਈ ਸੋਸ਼ਲ ਵਰਕਰ ਨਾਲ ਗੱਲ ਕਰਨਾ ਚਾਹੁੰਦੇ ਆ, ਉਹਨਾਂ ਦੀ ਗੱਲ ਵੀ ਕਰਾਈ ਜਾਂਦੀ ਆ। ਸੋ ਇਹੋ ਜਿਹਾ ਇਨੀਸ਼ੀਏਟਿਵ ਸਾਡੇ ਪੰਜਾਬ 'ਚ ਵੀ ਚਾਹੀਦਾ ਵਾ, ਤਾਂ ਇਹ ਸਮੱਸਿਆ ਦਾ ਹੱਲ ਹੋ ਸਕਦਾ ਵਾ। ਜੇ ਬੈਨ ਦੀ ਗੱਲ ਹੈ ਤਾਂ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਕਦੀ ਵੀ ਬੈਨ ਕਾਮਯਾਬ ਨਹੀਂ ਹੋ ਸਕਦਾ, ਅਤੇ ਇੱਕ ਹਿਊਮੇਨ ਅਪਰੋਚ ਚਾਹੀਦੀ ਆ ਇਸ ਸਮੱਸਿਆ ਦਾ ਪੱਕਾ ਹੱਲ ਕੱਢਣ ਵਾਸਤੇ। ਅਤੇ ਸਾਡੀ ਇਸ ਵੀਡੀਓ ਨੂੰ ਤੁਸੀਂ ਇਸ ਪਾਸੇ ਨੂੰ ਲੈ ਜਾਓ ਕਿ ਨਸ਼ਾ ਕਰਨਾ ਕੋਈ ਵਧੀਆ ਗੱਲ ਆ, ਨਸ਼ਾ ਮੁਕਤ ਸਮਾਜ ਹੋਣਾ ਚਾਹੀਦਾ ਵਾ, ਪਰ ਉਸ ਚੀਜ਼ ਦਾ ਅਸੀਂ ਤਰੀਕਾ ਦੱਸਿਆ ਵਾ ਨਸ਼ੇ ਨੂੰ ਟੈਕਲ ਕਰਨ ਦਾ। ਜੇ ਪੋਰਚੁਗਲ ਵਰਗਾ ਦੇਸ਼ ਨਸ਼ਾ ਲੀਗਲ ਕਰਕੇ ਆਪਣੇ ਨਸ਼ੇ ਦਾ ਦਰ ਲੋਕਾਂ ਦੇ ਵਿੱਚ ਘਟਾ ਸਕਦਾ, ਕ੍ਰਾਈਮ ਰੇਟ ਘਟਾ ਸਕਦਾ ਵਾ, ਡਰੱਗ ਰਿਲੇਟਡ ਕ੍ਰਾਈਮ ਜਿਹੜੇ ਘਟਾ ਸਕਦਾ ਵਾ, ਜੇ ਸਵਿਟਜ਼ਰਲੈਂਡ ਦੇ ਵਿੱਚ ਹੀਰੋਇਨ ਜਿਹੜੀ ਕ੍ਰਾਈਸਿਸ ਆਈਆਂ ਵਾ ਉਹਨਾਂ ਨੂੰ ਲੀਗਲ ਕਰਕੇ ਹੀਰੋਇਨ ਨੂੰ ਹੀਰੋਇਨ ਦੇ ਸੈਂਟਰ ਖੋਲ੍ਹ ਕੇ ਉੱਥੇ ਹੀਰੋਇਨ ਲੋਕਾਂ ਨੂੰ ਫ੍ਰੀ ਦੇ ਗਏ, ਜੇ ਉਹ ਨਸ਼ੇ ਹੀਰੋਇਨ ਦਾ ਆਪਣਾ ਸਮੱਸਿਆ ਘੱਟ ਕਰ ਸਕਦਾ ਅਤੇ ਲੋਕਾਂ ਨੂੰ ਉਸ ਚੀਜ਼ ਤੋਂ ਬਾਹਰ ਲਿਆ ਸਕਦਾ ਵਾ, ਅਤੇ ਪੰਜਾਬ ਦੇ ਵਿੱਚ ਵੀ ਹੋ ਸਕਦਾ। ਸੋ ਜੇ ਡਰੱਗਸ ਲੀਗਲ ਹੋਣਗੇ, ਸਰਕਾਰ ਇਸ ਚੀਜ਼ 'ਤੇ ਨਿਗਾਹ ਰੱਖੂਗੀ, ਇਹਨੂੰ ਰੈਗੂਲੇਟ ਕਰੂਗੀ, ਇੱਥੇ ਟੈਕਸਿਸ ਲਾਊਗੀ, ਅਤੇ ਸਰਕਾਰ ਨੂੰ ਵੀ ਇਹਦੇ ਵਿੱਚ ਆਮਦਨ ਆਊਗੀ, ਅਤੇ ਜਿਹੜਾ ਅੰਡਰਗਰਾਊਂਡ ਇਹਦੀ ਮਾਰਕੀਟ ਹੈ ਉਹ ਖਤਮ ਹੋਊਗੀ, ਸਮਗਲਰਸ ਦਾ ਕੰਮ ਬੰਦ ਹੋਊਗਾ, ਜਿਹੜੇ ਟ੍ਰੈਫਿਕਿੰਗ ਹੁੰਦੀ ਆ ਅਤੇ ਹੋਰ ਜਿਹੜੇ ਕ੍ਰਾਈਮਸ ਆ ਉਹ ਸਾਰੇ ਬੰਦ ਹੋਣਗੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ। ਜੇ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀ ਵੀਡੀਓ ਨੂੰ ਸ਼ੇਅਰ ਕਰੋ, ਅਤੇ ਨਸ਼ੇ ਦਾ ਆਪਣਾ ਬਚਾਅ ਰੱਖੋ। ਧੰਨਵਾਦ ਜੀ।